ਆਪ ਦਾ ਗੜ੍ਹ ਬਣਿਆ ਮਾਲਵਾ ਖੇਤਰ, ਭਾਜਪਾ ਲਈ ਮਾਲਵਾ ਬਣਿਆ ਰਾਹ ਦਾ ਰੋੜਾ। ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 9 ਲੋਕ ਸਭਾ ਸੀਟਾਂ ਤੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ, ਜਦਕਿ 4 ਸੀਟਾਂ ਤੇ ਐਲਾਨ ਹੋਣਾ ਅਜੇ ਬਾਕੀ ਹੈ। ਖਾਸ ਗੱਲ ਇਹ ਹੈ ਕਿ ਇਹ 4 ਸੀਟਾਂ ਮਾਲਵਾ ਪੱਟੀ ਦੇ ਸੰਗਰੂਰ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਦੀਆਂ ਨੇ ਅਤੇ ਮਾਲਵਾ ਖੇਤਰ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ ਅਤੇ ਮਾਲਵੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਹੁਣ ਇੱਥੇ ਆਪ ਦਾ ਨੈਟਵਰਕ ਵੀ ਮਜ਼ਬੂਤ ਹੋ ਗਿਆ। ਮਾਲਵੇ ਦੇ ਵਿੱਚ ਹੀ ਕਈ ਕਿਸਾਨ ਜਥੇਬੰਦੀਆਂ ਭਾਜਪਾ ਦਾ ਵਿਰੋਧ ਕਰ ਰਹੀਆਂ ਨੇ ਅਤੇ ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਇਹਨਾਂ ਸਾਰੇ ਪਹਿਲੂਆਂ ਦੀਆਂ ਸਮੀਖਿਆ ਕਰ ਰਹੀਆਂ ਨੇ ਅਤੇ ਇਹਨਾਂ ਸਾਰੀਆਂ ਸੀਟਾਂ ਤੇ ਸਿੱਖ ਚਿਹਰਿਆਂ ਤੇ ਦਾਅ ਲਗਾਉਣ ਦੀ ਰਣਨੀਤੀ ਬਣਾ ਰਹੀ ਹੈ। ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਮੁਲਾਂਕਣ ਕਰਕੇ ਵੋਟ ਬੈਂਕ ਦੀ ਸਮੀਕਰਨ ਬਣਾਈ ਜਾ ਰਹੇ ਨੇ। ਦੱਸਦੀ ਕਿ ਭਾਜਪਾ ਦੀ ਨਜ਼ਰ ਸ਼ਹਿਰੀ ਖੇਤਰਾਂ 'ਚ ਜਾਤੀ ਸਮੀਕਰਨਾਂ ਅਤੇ ਵੋਟਾਂ 'ਤੇ ਹੈ ਅਤੇ ਟਿਕਟ ਨਾ ਮਿਲਣ ਦੇ ਕਾਰਨ ਨਾਰਾਜ਼ ਚੱਲ ਰਹੇ ਨੇ। ਵਿਰੋਧੀ ਪਾਰਟੀਆਂ ਦੇ ਦਾਅਵੇਦਾਰ 'ਤੇ ਭਾਜਪਾ ਆਪਣੀਆਂ ਨਜ਼ਰਾਂ ਕੇਂਦਰਿਤ ਕਰ ਰਹੀਆਂ ਨੇ। ਜ਼ਿਕਰ ਕਰ ਦਈਏ ਕਿ 69 ਵਿਧਾਨ ਸਭਾ ਸੀਟਾਂ ਵਾਲੀ ਪੰਥਕ ਮਾਲਵਾ ਪੱਟੀ, ਜੋ ਪੰਜਾਬ ਦੇ ਵਿੱਚ ਸਰਕਾਰ ਚੁਣਨ ਦੇ ਲਈ ਜਾਣੀ ਜਾਂਦੀ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 66 ਸੀਟਾਂ 'ਤੇ ਜਿੱਤ ਕੇ ਇਸ ਦੱਖਣੀ ਪੱਟੀ ਦੇ ਵਿੱਚ ਡੂੰਘੀ ਪਕੜ ਬਣਾਈ ਹੈ। ਦੱਸਦੇ ਕਿ ਗਿੱਦੜਬਾਹਾ ਅਤੇ ਅਬੋਹਰ ਦੀਆਂ 2 ਸੀਟਾਂ ਕਾਂਗਰਸ ਨੇ ਜਿੱਤੀਆਂ, ਜਦਕਿ ਦਾਖਾ ਤੋਂ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ ਅਤੇ ਆਪ ਨੇ ਫਿਰੋਜ਼ਪੁਰ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਬਰਨਾਲਾ, ਫਰੀਦਕੋਟ, ਰੋਪੜ, ਖੰਨਾ ਅਤੇ ਲੁਧਿਆਣਾ ਦਾਖਾ ਨੂੰ ਛੱਡ ਕੇ ਜ਼ਿਲ੍ਹਿਆਂ ਦੇ ਵਿੱਚ ਕਲੀਨ ਸਵੀਪ ਕੀਤਾ ਸੀ ਅਤੇ ਇਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੁਝ ਵੀ ਨਹੀਂ ਪਿਆ ਸੀ। ਮਾਲਵਾ ਪੱਟੀ ਸਿਰਫ ਸੀਟਾਂ ਦੀ ਗਿਣਤੀ ਲਈ ਹੀ ਨਹੀਂ, ਸਗੋਂ ਇਸ ਤੱਥ ਲਈ ਵੀ ਮਹੱਤਵ ਰੱਖਦੀ ਹੈ ਕਿ ਤਿੰਨੋਂ ਮੁੱਖ ਮੰਤਰੀ ਦੇ ਚਿਹਰੇ ਮਾਲਵੇ 'ਚੋਂ ਹੀ ਚੋਣ ਲੜ ਰਹੇ ਨੇ। ਧੂਰੀ ਤੋਂ ਆਪ ਦੇ ਭਗਵੰਤ ਮਾਨ ਨੇ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਆਪਣੀ ਦੂਜੀ ਸੀਟ ਭਦੌੜ ਤੋਂ ਹਾਰ ਗਏ ਅਤੇ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਗੜ੍ਹ ਪਟਿਆਲਾ ਦੇ ਵਿੱਚ ਆਪ ਦੀ ਲਹਿਰ ਦੇ ਵਿੱਚ ਰੁੜ ਗਏ ਸਨ।